ਧੰਨ ਧੰਨ ਨਾਮ ਕੰਵਰ ਰਾਜਾ ਸਾਹਿਬ ਚੈਰੀਟੇਬਲ ਹਸਪਤਾਲ ਮਜਾਰਾ ਨੌ ਆਬਾਦ, ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੇਸਹਾਰਾ, ਜ਼ਰੂਰਤਮੰਦ ਅਤੇ ਮਜਬੂਰ ਲੋਕਾਂ ਲਈ ਓਟ ਆਸਰਾ ਬਣ ਕੇ ਸਿਹਤ ਪੱਖੀ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਅੱਜ ਇਲਾਕੇ ਨੂੰ, ਟਰੱਸਟ ਨੂੰ ਅਤੇ ਵਿਦਿਆਰਥੀਆਂ ਲਈ ਨਵੀਂ ਸੋਚ ਲੈ ਕੇ ਉੱਭਰ ਰਿਹਾ ਹੈ ਅਤੇ ਦੱਸਦੇ ਹੋਏ ਮਾਣ ਮਹਿਸੂਸ ਕਰ ਰਹੇ ਹਾਂ। ਟਰੱਸਟ ਦੇ ਪ੍ਰਧਾਨ ਪਰਮਜੀਤ ਕੌਰ ਅਤੇ ਸਮੂਹ ਟਰੱਸਟੀਆਂ ਵੱਲੋਂ ਹਸਪਤਾਲ ਵਿਖੇ ਪੈਰਾਮੈਡੀਕਲ ਕਾਲਜ ਖੋਲ੍ਹ ਦਿੱਤਾ ਗਿਆ ਹੈ, ਜੋ ਇਲਾਕੇ ਅਤੇ ਬਾਹਰੋਂ ਆਏ ਬੱਚਿਆਂ ਲਈ ਬਹੁਤ ਹੀ ਲਾਭਦਾਇਕ ਸਿੱਧ ਹੋਵੇਗਾ। ਟਰੱਸਟੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਕੋਲੋਂ ਬਹੁਤ ਹੀ ਘੱਟ ਅਤੇ ਵਾਜਿਬ ਪੈਸੇ ਲੈ ਕੇ ਵਧੀਆ ਅਤੇ ਮਿਆਰੀ ਵਿੱਦਿਆ ਦਿੱਤੀ ਜਾਵੇਗੀ। ਥਿਊਰੀ ਦੇ ਨਾਲ ਨਾਲ ਪ੍ਰੈਕਟੀਕਲ ਵੀ ਕਰਵਾਏ ਜਾਣਗੇ। ਵਿਦਿਆਰਥੀਆਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ ਇੱਕ ਵਾਰ ਜ਼ਰੂਰ ਮਜਾਰਾ ਨੌ ਆਬਾਦ ਚੈਰੀਟੇਬਲ ਹਸਪਤਾਲ ਆ ਕੇ ਵਿਜ਼ਿਟ ਕਰਨ। ਅੱਜ ਮੈਨੂੰ ਮੇਰਾ ਬਹੁਤ ਖੁਸ਼ੀ ਨਾਲ ਭਰਿਆ ਪਿਆ ਇਹ ਸੂਚਿਤ ਕਰਦੇ ਹਾਂ ਕਿ ਪੈਰਾਮੈਡੀਕਲ ਕਾਲਜ ਜਿਹੜਾ ਸਾਡੇ ਬਹੁਤ ਚਿਰ ਦਾ ਅਸੀਂ ਸੋਚਿਆ ਹੋਇਆ ਸੀਗਾ, ਕਾਫੀ ਦਿੱਕਤ ਅਸੀਂ ਜਿੱਦਾਂ ਵਿੱਚ ਸੀਗੇ ਕਿ ਅਸੀਂ ਛੇਤੀ ਤੋਂ ਛੇਤੀ ਸ਼ੁਰੂ ਕਰੀਏ, ਪਰ ਕੁਝ ਕਾਰਨਾਂ ਕਰਕੇ ਅਸੀਂ ਲੇਟ ਹੁੰਦੇ ਰਹੇ। ਉਹਦੇ ਵਿੱਚ ਇਹ ਵੀ ਸਮਝ ਸਕਦੇ ਕਿ ਮਹਾਰਾਜ ਦੀ ਮਰਜ਼ੀ ਨਹੀਂ ਸੀਗੀ। ਅੱਜ ਅਸੀਂ ਉਸ ਚੀਜ਼ ਨੂੰ ਪੂਰਾ ਕਰ ਲਿਆ। ਅੱਜ ਅਸੀਂ ਜਿਹੜਾ ਵਿਦਿਅਕ ਸੈਸ਼ਨ ਆ ਸਾਡਾ ਇਸ ਸਾਲ ਦਾ ਉਹ ਆਰੰਭ ਹੋ ਗਿਆ ਅਤੇ ਜਿੰਨੇ ਬੱਚੇ ਸਾਡੇ ਕੋਲ ਆਏ ਆ ਅਸੀਂ ਉਹਨਾਂ ਸਾਰਿਆਂ ਦਾ ਵੀ ਬਹੁਤ ਸਵਾਗਤ ਕਰਦੇ ਹਾਂ ਅਤੇ ਜਿਹੜੇ ਆਉਣ ਵਾਲੇ ਵੀ ਆ ਇਹਨਾਂ ਦਿਨਾਂ 'ਚ ਹੋਰ ਵੀ ਆਉਣਗੇ ਬੱਚੇ ਨੇ ਜ਼ਰੂਰ। ਅਜੇ ਕੋਈ ਐਡਮਿਸ਼ਨ ਕਲੋਜ਼ ਨਹੀਂ ਹੋਈਆਂ, ਐਡਮਿਸ਼ਨ ਚੱਲਦੀਆਂ ਪਈਆਂ। ਇਹ ਕਾਫੀ ਦੇਰ ਤੋਂ ਸਾਡੇ ਦਿਲ ਵਿੱਚ ਇਹ ਸੀਗਾ ਜਜ਼ਬਾ ਕਿ ਅਸੀਂ ਜਲਦੀ ਤੋਂ ਜਲਦੀ ਇਹ ਚੀਜ਼ਾਂ ਕਰ ਲਈਏ, ਕਿਉਂਕਿ ਪੈਰਾਮੈਡੀਕਲ ਕੋਰਸਿਸ ਇੱਦਾਂ ਦੇ ਆ ਜਿਹਨਾਂ ਦੇ ਨਾਲ ਬੱਚਿਆਂ ਦਾ ਫਿਊਚਰ ਬ੍ਰਾਈਟ ਆ। ਜਦੋਂ ਮਰਜ਼ੀ ਜਿੱਥੇ ਮਰਜ਼ੀ ਚਾਹ ਕੇ ਉਹ ਆਪਣਾ ਸਿਹਤ ਬਣਾ ਲੈਣ ਜਾਂ ਉਹ ਕਿਸੇ ਹਸਪਤਾਲ ਦੇ ਨਾਲ ਕਹਿ ਦਿੰਦੇ। ਦੂਸਰੇ ਨੰਬਰ 'ਤੇ ਸਾਡੀ ਆਪਣੀ ਕੋਸ਼ਿਸ਼ ਵੀ ਇਹ ਆ ਕਿ ਸਾਨੂੰ ਇਹਨਾਂ ਚੀਜ਼ਾਂ ਦੀ ਘਾਟ ਰਹਿੰਦੀ ਹੈ। ਸਾਨੂੰ ਜਿਹੜੇ ਪ੍ਰੋਫੈਸ਼ਨਲ ਇੰਟਰਸਟ ਆ ਪੈਰਾਮੈਡੀਕਲ ਦੇ, ਉਹ ਅਸੀਂ ਬਹੁਤ ਕਮੀ ਦਾ ਸਾਹਮਣਾ ਕਰਦੇ ਸੀਗੇ ਅਤੇ ਹੁਣ ਸਾਡੀ ਇਹ ਕਮੀ ਵੀ ਪੂਰੀ ਹੋ ਜਾਣੀ ਹੈ ਅਤੇ ਜਿਹੜੀਆਂ ਚੀਜ਼ਾਂ ਅਸੀਂ ਬਹੁਤ ਚਿਰਾਂ ਤੋਂ ਪੈਂਡਿੰਗ ਪਈਆਂ ਜਾਂ ਅਸੀਂ ਨੂੰ ਡਿਲੇ ਕਰਦੇ ਰਹੇ ਸੀ, ਕੁਝ ਸਾਡੀ ਫੰਡਿੰਗ ਦੀ ਕਮੀ ਕਰਕੇ ਜਾਂ ਕੁਝ ਹੋਰ ਕਾਰਨ ਵੀ ਰਹੇ, ਕੁਝ ਸਰਕਾਰੀ ਕਾਰਨ ਵੀ ਰਹੇ, ਅਤੇ ਅੱਜ ਮਹਾਰਾਜ ਨੇ ਸਾਨੂੰ ਬਹੁਤ ਬਹੁਤ ਨਿਵਾਦ ਦਿੱਤਾ ਇਸ ਵੱਡੇ ਪ੍ਰੋਜੈਕਟ ਨੂੰ ਸਫਲ ਹੋਣ ਦੇ ਵਿੱਚ। ਮਹਾਰਾਜ ਦੀ ਬਹੁਤ ਵੱਡੀ, ਮਹਾਰਾਜ ਦਾ ਵੀ ਸ਼ੁਕਰਾਨਾ, ਸਾਡਾ ਸਾਰੀਆਂ ਸੰਗਤਾਂ ਦਾ ਵੀ ਸ਼ੁਕਰਾਨਾ ਜਿਹੜੀਆਂ ਸਾਡੇ ਨਾਲ ਖੜੀਆਂ, ਜਿਹਨਾਂ ਨੇ ਸਾਡਾ ਸਹਿਯੋਗ ਦਿੱਤਾ। ਉਹਨਾਂ ਸਾਰੇ ਸਹਿਯੋਗ ਵੀ ਸੱਜਣਾਂ ਦਾ, ਭੈਣਾਂ ਦਾ, ਭਰਾਵਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਜਿਹੜੇ ਟਰੱਸਟੀ ਸੀ ਮੇਰੇ ਨਾਲ ਦੇ, ਮੈਂ ਉਹਨਾਂ ਸਾਰਿਆਂ ਦਾ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਕਿ ਉਹਨਾਂ ਦੇ ਨਾਲ ਹੀ, ਕਿਉਂਕਿ ਉਹ ਮੈਨੂੰ ਹਲਾਸ਼ੇਰੀ ਦਿੰਦੇ ਰਹੇ, ਗਾਇਕ ਨਾਲ ਮੈਨੂੰ ਸਲਾਹਾਂ ਦਿੰਦੇ ਰਹੇ, ਡਾਕਟਰ ਗੁਰਦਾਸ ਸਿੰਘ ਸ਼ੇਖਰ, ਮੋਹਨ ਲਾਲ ਜੀਰਾ, ਸ਼ਜੀਤ ਰਾਮ ਜੀ, ਇਹਨਾਂ ਸਾਰਿਆਂ ਦੇ ਬਲੈਸਿੰਗ ਦੇ ਨਾਲ ਇੱਥੇ ਤੱਕ ਪਹੁੰਚੀਆਂ। ਸਪੈਸ਼ਲੀ ਡਾਕਟਰ ਗੁਰਦਾਸ ਸਿੰਘ ਸ਼ੇਖਰ, ਉਹਨਾਂ ਦੇ ਬੱਚੇ ਇੰਦਰਜੀਤ ਸਿੰਘ ਸ਼ੇਖਰ, ਡਾਕਟਰ ਸੁਖਿਆਲ ਸਿੰਘ ਸ਼ੇਖਰ, ਜਿਨ੍ਹਾਂ ਦੀ ਗਾਈਡੈਂਸ ਸਾਨੂੰ ਇੱਥੇ ਤੱਕ ਲੈ ਕੇ ਆਈ ਹੈ। ਉਹਨਾਂ ਤਿੰਨਾਂ ਦੀ ਗਾਈਡੈਂਸ ਨੇ ਸਾਨੂੰ ਇੱਥੇ ਤੱਕ ਲਾਇਆ ਗਿਆ, ਅੱਗੇ ਵੀ ਅਸੀਂ ਉਹਨਾਂ ਦੀ ਜਿਹੜੀ ਅਗਵਾਈ ਦੇ ਵਿੱਚ ਇਹ ਕੰਮ ਕਰਦੇ ਰਹਾਂਗੇ। ਰਾਧਾ ਸਾਥੀ ਦੇ ਅੱਗੇ ਸਾਡੀ ਇਹੀ ਅਰਦਾਸ ਆ ਕਿ ਮਹਾਰਾਜ ਜੀ ਜਿਹੜਾ ਇਹ ਅੱਜ ਪੈਰਾਮੈਡੀਕਲ ਸ਼ੁਰੂ ਹੋਇਆ, ਕੱਲ੍ਹ ਸਾਨੂੰ ਨਰਸਿੰਗ ਕਾਲਜ ਵੀ ਅਸੀਂ ਸ਼ੁਰੂ ਕਰ ਲਈਏ ਅਤੇ ਨਾਲ ਹੀ ਸਾਡੇ ਇੰਨਾ ਵੱਡਾ ਕਰ ਦਿਓ ਕਿ ਇਹ ਇੱਕ ਮੈਡੀਕਲ ਕਾਲਜ ਦੇ ਤੌਰ 'ਤੇ ਤੁਹਾਡੀ ਸੰਸਥਾ ਨੂੰ ਸ਼ੁਰੂ ਹੋ ਜਾਏ। ਅਸੀਂ ਰਾਜਾ ਸਾਹਿਬ ਮੂਹਰੇ ਵੀ ਬੇਨਤੀ ਕਰਦੇ ਹਾਂ, ਤੁਹਾਡੀ ਸੰਗਤਾਂ ਮੂਹਰੇ ਵੀ, ਸੰਗਤਾਂ ਗੁਰੂ 20 ਵਿਸਵੇ, ਸੰਗਤ 21 ਵਿਸਵੇ, ਤੁਹਾਡੇ ਚਰਨਾਂ ਵਿੱਚ ਵੀ ਇਹੀ ਅਰਦਾਸ ਹੈ ਅਤੇ ਸਾਡੇ ਬੇਨਤੀਆਂ ਕਰੋ, ਸਾਡਾ ਸਹਿਯੋਗ ਕਰੋ, ਬਾਕੀ ਭੁੱਲਾ ਚੁੱਕਾ ਨਹੀਂ ਸਕਦਾ ਵੀ ਖਿਮਾ ਕਰ ਦਿਓ। ਅਸੀਂ ਜਿਹੜੇ ਹਸਪਤਾਲ ਦੇ ਵਿੱਚ ਵੀ ਬਿਹਤਰੀਨ ਆਪਣਾ ਸੇਵਾਵਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸਰਜਨ ਵੀ ਹੈਗੇ ਨੇ ਸਾਡੇ ਕੋਲ, ENT ਸਰਜਨ ਵੀ ਹੈਗੇ ਆ, ਆਈਜ਼ ਦੇ ਵੀ ਹੈਗੇ ਆ, ਅਸੀਂ ਹਰ ਇੱਕ ਚੀਜ਼ ਦਾ ਸਪੈਸ਼ਲਿਸਟ ਮਹਾਰਾਜ ਦੀ ਕਿਰਪਾ ਦੇ ਨਾਲ ਆਪਰੇਸ਼ਨ ਵੀ ਬਿਠਾ ਲਿਆ ਅਸੀਂ ਇਹਨਾਂ ਦੇ ਉੱਤੇ ਅਤੇ ਤੁਸੀਂ ਸਾਰੇ ਇਹਨਾਂ ਦਾ ਫਾਇਦਾ ਵੀ ਚੁੱਕੋ, ਜਿਹੜੇ ਆਪਾਂ ਇੰਨੇ ਸਾਰੇ ਪੈਸੇ ਵੀ ਖਰਚ ਕਰ ਰਹੇ ਹਾਂ, ਸਾਡੇ ਕੋਲ ਉਹਦਾ ਫਾਇਦਾ ਵੀ ਚੁੱਕੇ, ਅਸਾਂ ਦੀ ਇਹੀ ਕੋਸ਼ਿਸ਼ ਆ ਅਤੇ ਜਿੰਨਾ ਵੀ ਇਲਾਜ ਜਿਹੜਾ ਅਸੀਂ ਘੱਟ ਤੋਂ ਘੱਟ ਕੀਮਤਾਂ 'ਤੇ ਕਰਦੇ ਹਾਂ, ਜਿਹੜਾ ਬਾਹਰ ਤੁਸੀਂ ਲੱਖਾਂ ਵਿੱਚ ਕਰਦੇ ਹੋ ਉਹ ਅਸੀਂ ਥੋੜ੍ਹੇ ਜਿਹੇ ਪੈਸੇ ਦੇ ਕੇ, ਜਿਹੜੇ ਵਾਜਬ ਗਏ ਜਿਹਦੇ ਵਿੱਚ ਅਸੀਂ ਹਸਪਤਾਲ ਲਈ ਬਹੁਤੇ ਪੈਸੇ ਇਕੱਠੇ ਕਰਦੇ, ਸਾਡਾ ਪੈਸੇ ਇਕੱਠੇ ਕਰਨਾ ਹੋ ਕੇ ਨਹੀਂ ਆ, ਸਾਡਾ ਲੋਕਾਂ ਤੱਕ ਸੇਵਾਵਾਂ ਪਹੁੰਚਾਉਣੀਆਂ ਸਾਡਾ ਮਕਸਦ ਹੈ ਅਤੇ ਬਾਕੀ ਤੁਸੀਂ ਸਾਡੀ ਅਗਵਾਈ ਇੱਦਾਂ ਕਰਦੇ ਰਹੋ, ਸਾਨੂੰ ਇਹਦੇ ਸਹਿਯੋਗ ਦਿੰਦੇ ਰਹੋ, ਜਿੱਦਾਂ ਪਿੱਛੇ ਪਿੱਛੇ ਤੋਂ ਤੁਹਾਡੇ ਤੁਹਾਡੇ ਬਸ ਮੈਂ ਧੰਨਵਾਦ ਹੀ ਕਰ ਸਕਦੀ ਹਾਂ। ਮੇਰੇ ਕੋਲ ਤਾਂ ਲਫ਼ਜ਼ ਹੀ ਨਹੀਂ ਗਏ, ਇੱਥੇ ਆ ਕੇ ਤਾਂ ਮੇਰੇ ਸ਼ਬਦ ਮੁੱਕ ਜਾਂਦੇ ਆ, ਅੱਖਰ ਬੋਲੇ ਹੋ ਜਾਂਦੇ ਆ ਤੁਹਾਡੇ ਪਿਆਰ ਨੂੰ, ਮੇਰੇ ਤੁਹਾਡੇ ਸਤਿਕਾਰ ਮੈਨੂੰ ਪਿਆਰ ਕੇ, ਅਸੀਂ ਤਾਂ ਕੁਛ ਵੀ ਨਹੀਂ ਸੀਗੇ, ਕੀੜੀਆਂ ਪਹਾੜਾਂ 'ਤੇ ਜਗ੍ਹਾ ਲੱਗੀਆਂ ਤੁਸੀਂ ਸੰਗਤ ਨੂੰ, ਅਤੇ ਕੀੜੀ ਦੀ ਕੋਈ ਔਕਾਤ ਨਹੀਂ ਹੁੰਦੀ, ਪਹਾੜ ਕਿੰਨਾ ਵੱਡਾ ਹੁੰਦਾ, ਅਤੇ ਅੱਜ ਮੈਨੂੰ ਲੱਗਦਾ ਇਹ ਪੈਰਾਮੈਡੀਕਲ ਕਾਲਜ ਦੇ ਸ਼ੁਰੂ ਹੋਣ ਦੇ ਨਾਲ ਕਿ ਤੁਸੀਂ ਕੀੜੀਆਂ ਹੈ ਨਾ।
ਬਹੁਤ ਬਹੁਤ।